ਪੁਲਿਸ ਥਾਣਾ ਕੰਟੋਨਮੈਂਟ ਨੇ ਪੁਤਲੇ ਘਰ ਵਿਖੇ ਨਾਕਾਬੰਦੀ ਦੇ ਦੌਰਾਨ ਇੱਕ I-20 ਕਾਰ PV02 DN9580 ਨੂੰ ਚੈੱਕ ਕਰਨ ਲਈ ਰੋਕਿਆ ਗਿਆ ਤਾਂ ਕਾਰ ਚਾਲਕ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਕਾਰ ਚਾਲਕ ਨੂੰ ਕਾਬੂ ਕਰ ਲਿਆ ਗਿਆ ਜਿਸ ਦੀ ਸ਼ਨਾਖਤ ਬਟਾਲਾ ਵਾਸੀ ਗੈਵੀ ਸਿੰਘ ਵਜੋਂ ਹੋਈ ਜਿਸ ਪਾਸੋਂ ਇੱਕ ਦੇਸੀ ਪਿਸਟਲ ਅਤੇ 5 ਡਰੋਨ ਬਰਾਮਦ ਹੋਏ ਕਿ ਆਰੋਪੀ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਗਿਆ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। 28-18 ਨੂੰ ਰਿਜ਼ਲਟ ਦੇ ਸੰਬੰਧ ਵਿੱਚ ਥਾਣਾ ਕੰਟੋਨਮੈਂਟ ਦੀ ਪੁਲਿਸ ਨੇ ਪੁੱਤਰੀ ਘਰ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀਗੀ। ਇੱਕ ਕਾਰ I-20 ਨੰਬਰ PV02 DN9580 ਨੂੰ ਆਉਂਦਿਆਂ ਦੇਖਿਆ, ਰੁਕਣ ਦਾ ਇਸ਼ਾਰਾ ਕੀਤਾ ਜੋ ਕਿ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ, ਜੋ ਇਹਨਾਂ ਨੇ ਆਪਣੀ ਸਾਥੀ ਕਰਮਚਾਰੀ ਦੀ ਮਦਦ ਨਾਲ ਉਸ ਕਾਰ ਨੂੰ ਕਾਬੂ ਕੀਤਾ ਜਿਸ ਦੇ ਕਬਜ਼ੇ ਵਿੱਚੋਂ ਇੱਕ ਪਿਸਟਲ 30 ਬੋਰ ਅਤੇ ਅਨਲੋਡ ਕਰਦੇ 5 ਕਾਰਟਰੇਜ ਜਿੰਦਾ ਬਰਾਮਦ ਹੋਏ ਨੇ। ਅਜੇ ਤੱਕ ਰਾਤ ਲੇਟ ਓਵਰ ਫੰਡ ਕਰਕੇ ਇਹਦਾ ਪਿਛਲਾ ਰਿਕਾਰਡ ਖੰਗਾਲਿਆ ਨਹੀਂ ਜਾ ਸਕਿਆ। ਆਪਾਂ ਸੁਣ ਰਿਮਾਂਡ ਦੇ ਦੌਰਾਨ ਇਹਦਾ ਪਿਛਲਾ ਰਿਕਾਰਡ ਵੀ ਖੰਗਾਲਿਆ ਜਾਏਗਾ ਅਤੇ ਇਹਦੇ ਕੋਲ ਹੋਰ ਜਿਹੜੀ ਕੋਈ ਇੰਨੇ ਇੰਸੀਡੈਂਟ ਕੀਤਾ ਹੋਏਗਾ ਜਾਂ ਇਹਦੇ ਕੋਲ ਹੋਰ ਵੈਪਨ ਹੋਣਗੇ